ਕੋਰੋਨਾ ਵਾਇਰਸ ਨੂੰ ਲੈ ਕੇ ਰਾਸ਼ਟਰੀ ਆਪਦਾ ਘੋਸ਼ਿਤ ਕਰਨ ਅਤੇ ਇੱਕ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਉੱਤੇ ਪੰਜਾਬ ਵਿੱਚ ਪਹਿਲੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਦਰਅਸਲ SDM ਸੂਬਾ ਸਿੰਘ, DSP ਵਰਿੰਦਰਜੀਤ ਸਿੰਘ ਥਿੰਦ ਅਤੇ SMO ਦਲਬੀਰ ਕੌਰ ਦੀ ਅਗਵਾਈ ਵਿੱਚ ਬਣੀ ਸੰਯੁਕਤ ਐਕਸ਼ਨ ਟੀਮ ਨੇ ਨਾਭਾ ਵਿੱਚ 2 ਦੁਕਾਨਦਾਰ, 1 ਪੀਜ਼ਾ ਸ਼ੌਪ ਅਤੇ 1 ਬੇਕਰੀ ਸ਼ੌਪ ਦੇ ਅੰਦਰ ਡਾਇਨਿੰਗ ਕਰਨ ਯਾਨੀ ਕਿ ਕਈ ਗਾਹਕਾਂ ਨੂੰ ਇਕੱਠੇ ਬਿਠਾ ਕੇ ਖਿਲਾਉਣ ਪਿਲਾਉਣ ਉੱਤੇ ਧਾਰਾ 188 ਦੇ ਤਹਿਤ ਥਾਣਾ ਕੋਤਵਾਲੀ ਵਿੱਚ 2 ਮਾਮਲੇ ਦਰਜ ਕੀਤੇ ਗਏ ਹਨ। ਇੱਕ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਹੋਟਲ, ਢਾਬੇ, ਬੇਕਰੀ ਅਤੇ ਦੂਜੀ ਤਰ੍ਹਾਂ ਦੇ ਖਾਣ ਪੀਣ ਦੀ ਸ਼ੌਪਸ ਦੇ ਅੰਦਰ ਡਾਇਨਿੰਗ ਕਰਨ ਜਾਂ ਲੋਕਾਂ ਨੂੰ ਇਕੱਠੇ ਬਿਠਾ ਕੇ ਖਾਣ ਪੀਣ ਉੱਤੇ ਰੋਕ ਲਗਾਈ ਸੀ। ਸਿਰਫ ਹੋਮ ਡਿਲੀਵਰੀ ਅਤੇ ਟੇਕ ਓਵਰ ਤਹਿਤ ਆਰਡਰ ਦੇ ਕੇ ਘਰ ਲੈ ਜਾਣ ਦੀ ਛੁੱਟੀ ਦਿੱਤੀ ਗਈ ਸੀ। ਮਾਮਲੇ ਉੱਤੇ SDM ਸੂਬਾ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਜਾਗਰੂਕਤਾ ਅਭਿਆਨ ਚਲਾਇਆ ਗਿਆ, ਜਿਸ ਵਿੱਚ 1 ਪੀਜ਼ਾ ਸ਼ੌਪ ਅਤੇ 1 ਬੇਕਰੀ ਵੱਲੋਂ ਨਿਯਮਾਂ ਨੂੰ ਵੱਖ ਰੱਖ ਕੇ ਗਾਹਕਾਂ ਨੂੰ ਖਵਾਉਣ ਪਿਆਉਣ ਦਾ ਸਮਾਨ ਬਿਠਾ ਕੇ ਪਰੋਸਿਆ ਗਿਆ ਸੀ, ਜਿਸ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਉਹਨਾਂ ਨਾਲ ਅਸੀਂ ਜਿਹੜਾ ਹੈ ਟੂਰ ਕਰ ਰਹੇ ਹਾਂ ਸ਼ਹਿਰ ਦਾ, ਸੋ ਦੈਟ ਵੀ ਕੈਨ ਇਨਫੋਰਸ ਜੋ ਸਰਕਾਰ ਦੀਆਂ ਕਰੋਨਾ ਨੂੰ ਲੈ ਕੇ ਗਾਈਡਲਾਈਨਸ ਨੇ, ਸੋ ਦੈਟ ਦੋਜ਼ ਆਰ ਸਟ੍ਰਿਕਟਲੀ ਵਟ ਯੂ ਕਾਲ ਇਨਫੋਰਸਡ। ਅਤੇ ਅਸੀਂ ਕਾਫੀ ਜਗ੍ਹਾ ਵਿਜ਼ਿਟ ਕੀਤੀਆਂ ਨੇ ਤੁਸੀਂ ਨਾਲ ਹੀ ਹੋ ਸ਼ੁਰੂ ਦੇ, ਅਤੇ ਹੁਣ ਅਸੀਂ 2 ਜਗ੍ਹਾ ਇਸ ਤਰ੍ਹਾਂ ਦੀਆਂ ਪਾਈਆਂ ਨੇ ਜਿਹੜੀਆਂ ਉਹ ਡਿਸਪਾਈਟ ਉਹਨਾਂ ਨੂੰ ਜਿਹੜੀ ਇਨਫੋਰਮ ਕਰਨ ਦੇ ਪਹਿਲਾਂ, ਅਤੇ ਡਿਸਪਾਈਟ ਉਸ ਚੀਜ਼ ਨੂੰ 3-4 ਦਿਨ ਹੋ ਗਏ ਆ ਸਰਕਾਰ ਦੀਆਂ ਇੰਸਟਰਕਸ਼ਨਾਂ ਦੇ, ਉਹਨਾਂ ਦੇ ਉਹ ਖੁੱਲ੍ਹੇ ਪਾਏ ਗਏ ਨੇ। ਖੁੱਲ੍ਹੇ ਪਾਉਣ ਦੇ ਬਾਵਜੂਦ ਉਹਨਾਂ ਦੇ ਉੱਥੇ ਉਹ ਬਿਠਾ ਕੇ ਕਸਟਮਰਸ ਨੂੰ ਡਾਇਨਿੰਗ ਦੀ ਉਹ ਦੇ ਰਹੇ ਸੀ ਫੈਸਿਲਿਟੀ। ਉਹਨਾਂ 'ਤੇ ਅਸੀਂ 2 'ਤੇ ਵੀ ਆਰ ਟੇਕਿੰਗ ਲੀਗਲ ਐਕਸ਼ਨ, ਇੱਕ VIP ਪੀਜ਼ਾ ਕਰਕੇ ਹੈਗਾ ਕੋਈ, ਦੂਜਾ ਸ਼ਾਇਦ ਸਾਨੀ ਬੇਕਰੀ ਹੈ ਜੀ, ਇਟਸ ਸਾਨੀ। ਵੀ ਆਰ ਟੇਕਿੰਗ ਲੀਗਲ ਐਕਸ਼ਨ ਅਗੇਂਸਟ ਦੋਸਤ, ਅਤੇ ਅੱਗੇ ਨੂੰ ਵੀ ਮੇਰੀ ਸਾਰੇ ਇਹਨਾਂ ਨੂੰ ਅਪੀਲ ਹੈ, ਜਿੰਨੇ ਵੀ ਰੈਸਟੋਰੈਂਟ ਮਾਲਕ ਨੇ ਚਾਹੇ ਕਿਸੇ ਵੀ ਈਟਿੰਗ ਜੁਆਇੰਟਸ ਨੇ ਜਾਂ ਕੁਛ ਵੀ ਹੈ, ਕਿਰਪਾ ਕਰਕੇ ਜਿਹੜੇ ਜੋ ਸਰਕਾਰ ਵੱਲੋਂ ਹਦਾਇਤਾਂ ਨੇ ਉਹਨਾਂ ਨੂੰ ਫੋਲੋ ਕੀਤਾ ਜਾਵੇ, ਵਾਇਲੇਟ ਨਾ ਕਰਨ, ਲੋਕਾਂ ਦੀ ਸਿਹਤ ਦਾ ਧਿਆਨ ਰੱਖਣ। ਜੇ ਆਪਾਂ ਵਾਇਲੇਟ ਕਰਾਂਗੇ ਉਹ ਆਪਣੀ ਸਿਹਤ ਨੂੰ ਵੀ ਕੰਪਰੋਮਾਈਜ਼ ਕਰ ਰਹੇ ਨੇ ਅਤੇ ਜਿਹੜੀ ਪਬਲਿਕ ਦੀ ਸਿਹਤ ਨੂੰ ਵੀ ਕੰਪਰੋਮਾਈਜ਼ ਕਰ ਰਹੇ ਨੇ। ਐਮਰਜੈਂਸੀ ਵਾਸਤੇ ਕੀ ਇੰਤਜ਼ਾਮ ਕੀਤੇ ਗਏ ਨੇ? ਐਮਰਜੈਂਸੀ ਵਾਸਤੇ ਜੀ ਸਾਡੇ 50 ਬੈੱਡ ਅਸੀਂ ਜਿਹੜਾ ਆਈਸੋਲੇਸ਼ਨ ਵਾਸਤੇ ਡੈਡੀਕੇਟ ਕੀਤੇ ਨੇ ਸਿਵਲ ਹੋਸਪਿਟਲ ਦੇ ਵਿੱਚ, ਅਤੇ ਨਾਭੇ ਦੇ ਵਿੱਚ 8 ਜਗ੍ਹਾ 'ਤੇ ਸਮੇਤ ਸਿਵਲ ਹੋਸਪਿਟਲ, 5 ਜਗ੍ਹਾ 'ਤੇ ਅਸੀਂ 350 ਬੈੱਡ ਦੀ ਕੁਆਰੰਟਾਈਨ ਫੈਸਿਲਿਟੀ ਅਸੀਂ ਆਈਡੈਂਟੀਫਾਈ ਕਰ ਲਿੱਤੀ ਹੈਗੀ ਹੈ ਅਤੇ ਉਹਨੂੰ ਅਸੀਂ ਇਸਟੈਬਲਿਸ਼ ਕਰ ਲਿੱਤਾ ਹੈਗਾ ਜੀ ਇਨ ਕੇਸ ਆਫ ਨੀਡ। ਸੰਡੇ ਦਾ ਕਲੋਜ਼ਿੰਗ ਆ ਅਤੇ ਇਸ ਦੇ ਸੰਬੰਧ 'ਚ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ? ਕਦੀ ਕਲੋਜ਼ਿੰਗ ਜੀ ਸੰਡੇ ਨੂੰ, ਜਿਵੇਂ ਕਹਿ ਰਹੇ ਹਾਂ ਕਰਫਿਊ ਵਗੈਰਾ ਲੱਗਣ ਲੱਗਾ, ਇਸ ਤਰ੍ਹਾਂ ਦੀ? ਜੀ ਉਹ ਸਾਡੇ, ਉਹ ਤਾਂ ਪ੍ਰਾਈਮ ਮਿਨਿਸਟਰ ਸਾਹਿਬ ਦੀ ਅਪੀਲ ਵਾਲੀ ਗੱਲ ਕਰ ਰਹੇ ਹੋ ਜੀ? ਜੀ ਉਹ ਤਾਂ ਪ੍ਰਾਈਮ ਮਿਨਿਸਟਰ ਸਾਹਿਬ ਦੀ ਅਪੀਲ ਹੈ, ਤਾਂ ਉਹ ਸਾਰੇ ਲੋਕਾਂ ਨੂੰ ਉਹਨੂੰ ਫੋਲੋ ਕਰਨੀ ਚਾਹੀਦੀ ਹੈ ਜੀ। ਆਵਾਜ਼ ਏ ਕੌਮ TV ਲਈ ਨਾਭਾ ਤੋਂ ਤਰਨ ਮਹਿਤਾ ਦੀ ਰਿਪੋਰਟ।